ਤੇ ਇਸ ਕਹਾਣੀ ਦਾ ਸਰਨਾਵਾ ਹੈ ਗੋਗੋ। ਉਹ ਕਿਸੇ ਖਬੀਸ ਦੀ ਇਹ ਨਸਲੇ ਉਸ ਮਾਂ ਨੂੰ ਫੜ ਜਿਹੜੀ ਚੁੰਗਣ ਨੂੰ ਭੱਜੀ ਫਿਰਦੀ ਹੈ। ਫੀਕੇ ਨੇ ਆਪਣੀ ਜਨਾਨੀ ਨੂੰ ਹਰ ਵਾਰ ਦੀ ਤਰ੍ਹਾਂ ਗਾਲ ਕੱਢ ਕੇ ਆਖਿਆ। ਫੀਕੇ ਦੀ ਜਨਾਨੀ ਸ਼ਹਿਰ ਦੀ ਜੰਮਪਲ ਸੀ, ਇਸ ਜਾਖਲ ਨਾ ਖਬਰੇ ਕੇਸ ਨੱਥੀ ਕਰਤੀ ਸੀ। ਘਰ ਨੂੰ ਬਚਾਵਣ ਲਈ ਪੱਬਾਂ ਭਾਰ ਗਾਲਾਂ ਖਾਂਦਿਆਂ ਰਹੀ, ਜੁੱਪੀ ਰਹਿੰਦੀ ਪਰ ਉਹਦੀ ਕੋਈ ਵੀ ਕਾਰ ਸਿਰੇ ਨਾ ਚੜ੍ਹਦੀ। ਵਿਆਹ ਤੋਂ ਕੁਝ ਅਰਸੇ ਬਾਅਦ ਉਹਨਾਂ ਘਰ ਇੱਕ ਮੁੰਡਾ ਹੋਇਆ। ਦੋਵਾਂ ਜੀਆਂ ਦੀ ਰੂਟੀਨ ਫੇਰ ਨਾ ਬਦਲੀ, ਮੁੰਡਾ ਹੋਣ ਦੇ ਬਾਅਦ ਵੀ ਉਹੋ ਜਿਹਾ ਵਰਤਾ। ਫੀਕੇ ਨੂੰ ਦੁਨੀਆ ਦੀ ਹਰ ਸ਼ੈ ਨਾਲੋਂ ਬਹੁਤੀ ਆਪਣੀਆਂ ਮੱਝਾਂ ਗਾਵਾਂ ਨਾਲ ਪ੍ਰੀਤ ਸੀ। ਗੋਏ ਨਾਲ ਭਰੀ ਹਵੇਲੀ ਅਤੇ ਥਾਂ ਥਾਂ 'ਤੇ ਬੱਝੇ ਡੰਗਰ, ਇਹਨਾਂ ਡੰਗਰਾਂ ਵਿੱਚ ਸ਼ਹਿਰ ਦੀ ਕੁੜੀ ਲੱਗੀ ਫਿਰਦੀ ਤਾਂ ਜੇ ਉਹਦੇ ਉਹਦਾ ਮਜਾਜ਼ੀ ਖੁਦਾ ਅਤੇ ਪੇਕੇ ਸਹੁਰੇ ਰਾਜ਼ੀ ਰਹਿਣ। ਫੀਕਾ ਸਵੇਲੇ ਉੱਠਦਾ, ਨਾਲ ਜਨਾਨੀ ਵੀ ਹੁੰਦੀ, ਧਾਰਾਂ 'ਚੋਂਦਿਆਂ ਜਾਵਾਂ ਨੂੰ ਧਰੂੰਦੀ, ਜਾਵਾਂ ਦੇ ਮੂੰਹ 'ਚੋਂ ਝੱਗ ਨਿਕਲਦੀ ਅਤੇ ਉਹਦੇ ਕੱਪੜੇ ਲਿਬੜੇ ਜਾਂਦੇ, ਉਹਦਾ ਸਾਹ ਫੁੱਲਿਆ ਰਹਿੰਦਾ। ਇੱਕ ਤੋਂ ਬਾਅਦ ਦੂਜਾ ਜਾ ਉਹਦੀਆਂ ਬਾਹਾਂ ਨਿਕਲਦੀਆਂ ਜਾਂਦੀਆਂ, ਪਰ ਕਿਲੋ ਕਿਲੋ ਦੀਆਂ ਗਾਲਾਂ ਉਹਦੇ ਸਿਰ 'ਤੇ ਵੱਜਦੀਆਂ ਰਹਿੰਦੀਆਂ। ਇੰਝ ਹੀ ਡੰਗ ਟਪਾਉਂਦੀ ਰਹੀ, ਪਰ ਫੀਕਾ ਫੀਕਾ ਹੀ ਰਿਹਾ। ਉਹਨੂੰ ਵੀ ਕੋਈ ਖਰੀਦੀ ਹੋਈ ਗਾਂ ਹੀ ਸਮਝਦਾ ਸੀ। ਪੱਠੇ ਵੱਢਣਾ, ਭਰੀ ਚੁੱਕਣਾ, ਨਿਆਣਾ ਬੰਨਣਾ, ਕਿੱਲੇ ਵੱਲ ਦੇਣਾ, ਡੰਗਰ ਨਵਾਉਣਾ, ਪੱਠੇ ਕੁਤਰਨਾ, ਗਤਾਵਾ ਕਰਨਾ ਅਤੇ ਕਈ ਦਾ ਟੱਪ ਲਾਉਣਾ, ਹਰ ਸ਼ੈ ਇੱਥੇ ਹੀ ਸਿੱਖੀ ਲੱਥੜੀ ਵਿਚਾਰੀ ਨੇ। ਦੋ ਤਿੰਨ ਵਰ੍ਹਿਆਂ ਤੋਂ ਬਾਅਦ ਉਸ ਘਰ ਗੋਗੋ ਵਿਚਾਰੀ ਹੋ ਪਈ। ਉਹਦਾ ਭਰਾ ਹੁਣ ਰਿੜਦਾ ਨਹੀਂ ਸੀ ਅਤੇ ਹਵੇਲੀ ਵਿੱਚ ਵੀ ਫੇਰੇ ਪਾਉਣ ਲੱਗ ਪਿਆ ਸੀ। ਸਕੂਲ ਦਾ ਮੂੰਹ ਨਹੀਂ ਸੀ ਵੇਖਿਆ ਕਦੇ। ਡੰਗਰ ਘਰ ਹੋਇਆ ਸੀ, ਡੰਗਰਾਂ ਵਿੱਚ ਰਹਿ ਰਿਹਾ ਸੀ ਅਤੇ ਡੰਗਰ ਹੀ ਹੋ ਰਿਹਾ ਸੀ। ਗੋਗੋ ਤਾਂ ਉਸ ਘਰ ਉਂਝ ਵੀ ਅੱਧੀ ਗਿਣੀ ਗਈ, ਵੀਰ ਨਾਲੋਂ ਸੱਕੀ ਤਾਂ ਨਹੀਂ ਸੀ। ਜਦ ਤੱਕ ਗੋਗੋ ਰਿੜਨਾ ਸਿੱਖਿਆ, ਉਹਦੇ ਭਰਾ ਨੇ ਮੱਝ ਦਾ ਰੱਸਾ ਹੱਥ 'ਚ ਫੜ ਲਿਆ ਸੀ। ਜ਼ਰਾ ਕੁ ਤਾਂ ਹੋਈ ਅਤੇ ਮਾਂ ਹਿੰਮਤ ਹਾਰ ਬੈਠੀ, ਉੱਕੀ ਮੁੱਕੀ ਪੇਕੇ ਜਾ ਬੈਠੀ। ਹੁਣ ਮਾਂ ਕੋਲ ਕੋਈ ਨਾ ਅਤੇ ਪਿਓ ਪਿਓ ਕੋਈ ਨਾ। ਫੁੱਫੀਆਂ ਚਾਚੇ ਵੀ ਵਿਆਹੇ ਵਰੇ ਸਨ। ਮਾਂ ਦੇ ਨਾ ਕੀਤੇ ਹੋਏ ਗੁਨਾਹਾਂ ਦੀ ਸਜ਼ਾ ਵੀ ਕਿਸੇ ਹੋਰ ਨੂੰ ਭੁਗਤਣੀ ਪੈ ਗਈ। ਗੋਗੋ ਨੇ ਨਾ ਉਸਤਾਨੀ ਜੀ ਦੇ ਨਿਆਣੇ ਨੂੰ ਕੁਛੜੇ ਲਾ ਕੇ ਖਿਡਾਇਆ ਸੀ ਅਤੇ ਨਾ ਹੀ ਕਦੀ ਬਾਜੀ ਹੋਰਾਂ ਦੇ ਘਰ ਪੱਟੀ ਸੀਨੇ ਲਾ ਕੇ ਗਈ ਸੀ। ਪਿਓ ਉਸਦੇ ਨੇ ਉਹਨੂੰ ਕਿੱਲੇ ਵੱਲ ਸਿਖਾਉਂਦਿਆਂ ਡੰਗਰ ਸਾਂਭਣ ਦਾ ਹਰ ਇੱਕ ਵੱਲ ਸਿਖਾ ਦਿੱਤਾ ਸੀ। ਉਹ ਮਾਰਨ ਵਾਲਿਆਂ ਡੰਗਰਾਂ ਨੂੰ ਵੀ ਲੂਣ ਦੀ ਮੁੱਠ ਦੇ ਲੈਂਦੀ ਸੀ। ਕਿੰਨਾ ਹੀ ਚਿਹਰੇ ਦਾ ਜੁੱਸਾ ਇੱਕੋ ਜਿਹਾ ਰਿਹਾ, ਖਿਲਰੇ ਅਤੇ ਜੁੜੇ ਵਾਲ ਜਿਨ੍ਹਾਂ ਵਿੱਚੋਂ ਕੰਘੀ ਛੱਡਿਆਂ ਉਂਗਲਾਂ ਵੀ ਨਾ ਲੰਘਣ। ਉਹਦੇ ਅਗਲੇ ਦੰਦ ਥੋੜ੍ਹੇ ਉੱਚੇ ਸਨ, ਭਾਵੇਂ ਹੱਸਦੀ, ਰੋਂਦੀ ਜਾਂ ਚੁੱਪ ਰਹਿੰਦੀ, ਉਹ ਕਦੇ ਨਾ ਅੰਦਰ ਗਏ, ਹੇਠਲੀ ਬੁੱਲੀ ਉੱਤੇ ਬੈਠੇ ਰਹਿੰਦੇ। ਦਰਬਾਰ ਦੀਆਂ ਬੇਰੀਆਂ 'ਤੇ ਲੱਗਣ ਵਾਲੇ ਸਿਉਂ ਬੇਰਾਂ ਵਰਗਾ ਮੂੰਹ ਸੀ ਉਹਦਾ, ਨਾ ਗੋਲ ਨਾ ਲੰਮਾ, ਭੁੱਸਾ ਪਿਆ ਰੰਗ, ਨਾ ਪੈਰੀਂ ਜੁੱਤੀ, ਨਾ ਸਿਰ 'ਤੇ ਲੀੜਾ, ਅੱਡੀਆਂ ਦੇ ਫੱਟਾਂ ਵਿੱਚ ਗੋਹਾ ਫਸਿਆ ਰਹਿੰਦਾ। ਦਾਤਰੀ ਨੇ ਉਹਦੀ ਹਰ ਇੱਕ ਉਂਗਲ ਦਾ ਸਵਾਦ ਚੱਖਿਆ ਸੀ। ਦਾਤਰੀ ਨੇ ਉਹਦੀ ਹਰ ਇੱਕ ਉਂਗਲ ਦਾ ਸਵਾਦ ਚੱਖਿਆ ਸੀ। ਦਿਹਾੜੇ ਲੰਘਦੇ ਗਏ, ਕੀ ਨਾ ਹੋਇਆ ਇਹਨਾਂ ਦਿਹਾੜਿਆਂ ਵਿੱਚ। ਗੋਗੋ ਦਾ ਭਰਾ ਵੱਡਾ ਸੀ ਅਤੇ ਹੁਣ ਘਰੋਂ ਨੱਸਣਾ ਸਿੱਖ ਗਿਆ ਸੀ। ਕਿੰਨਾ ਕਿੰਨਾ ਚਿਰ ਘਰੋਂ ਬਾਹਰ ਰਹਿੰਦਾ, ਹੁਣ ਗੋਗੋ ਸੀ ਅਤੇ ਉਹਦਾ ਪਿਓ ਸੀ। ਫੀਕਾ ਰੱਜ ਕੇ ਨਿੱਕੀ ਕੁੜੀ ਕੋਲੋਂ ਕੰਮ ਲੈਂਦਾ ਅਤੇ ਫਿਰ ਵੀ ਰਾਜ਼ੀ ਨਾ ਹੁੰਦਾ। ਉਹ ਨਿੱਕੀ ਸੀ ਅਤੇ ਉਹਦਾ ਵਰਤਾਅ ਵੀ ਬਾਲਾਂ ਵਰਗਾ ਸੀ। ਕਿੰਨਾ ਕੁ ਵੀ ਕੰਮ ਕਰਦੀ, ਰੋਜ਼ ਹੀ ਪਿਓ ਕੋਲੋਂ ਲੁਕਦੀ ਫਿਰਦੀ। ਉਹ ਰਾਤਾਂ ਨੂੰ ਹੱਥ ਵਿੱਚ ਡਾਂਗ ਲੈ ਕੇ ਅਤੇ ਗਲੀਆਂ ਵਿੱਚ ਰੌਲਾ ਪਾਉਂਦਾ ਰਹਿੰਦਾ, ਇਹ ਗੋਗੋ ਕਿੱਥੇ ਮਰ ਗਈ, ਇਹ ਗੋਗੋ, ਨਾਲੋਂ ਨਾਲ ਭੁੰਜੇ ਡਾਂਗ ਮਾਰਦਾ। ਗੋਗੋ ਜਿੱਥੇ ਹੁੰਦੀ ਉੱਥੇ ਹੀ ਸਾਹ ਡੱਕ ਕੇ ਬੈਠੀ ਰਹਿੰਦੀ, ਕਦੀ ਕਿਸੇ ਦੇ ਤੂੜੀ ਵਾਲੇ ਢਾਰੇ ਵਿੱਚ ਅਤੇ ਕਦੀ ਕਿਸੇ ਦੇ ਕੋਠੇ 'ਤੇ। ਇੱਕ ਵਾਰੀ ਗੋਗੋ ਜੱਟਾਂ ਦੀ ਖੁਰਲੀ ਵਿੱਚ ਸੁੱਤੀ ਲੱਭੀ। ਉਹਦੇ ਅੱਬੇ ਵਰਗੇ ਅੱਬੇ ਨੂੰ ਬੁਲਾਇਆ ਗਿਆ। ਉਹ ਡਾਂਗ ਲੈ ਕੇ ਸਿਰ 'ਤੇ ਆਣ ਖਲੋਤਾ, ਹੁਣ ਵਿਹੜਾ ਮੱਲਾ ਇਕੱਠਾ ਹੋਇਆ ਸੀ ਅਤੇ ਮਾਰਿਆ ਨਹੀਂ ਸਾਸੂ, ਇਹ ਗੋਗੋ ਉੱਚੀ ਜੀ ਆਖਿਆ ਸੋ। ਗੋਗੋ ਨੇ ਨੂਟੀਆਂ ਅੱਖਾਂ ਗੇੜੀਆਂ ਅਤੇ ਆਪਣੇ ਆਲੇ ਦੁਆਲੇ ਲੋਕ ਹੀ ਲੋਕ ਵੇਖੇ, ਜਿਨ੍ਹਾਂ ਵਿੱਚੋਂ ਉਹ ਵੀ ਸੀ ਜਿਹਦੇ ਕੋਲੋਂ ਸਾਰੀ ਰਾਤ ਨੱਸ ਨੱਸ ਕੇ ਖੁਰਲੀ ਵਿਚਾਣ ਸੁੱਤੀ ਸੀ। ਜ਼ਰਾ ਕੁ ਹੋਸ਼ ਕਾਬੂ ਆਏ ਅਤੇ ਇੱਕਦਮ ਉੱਠੀ,
खुरली विचों छाल मारी ते नस गई। प्यो दा फिर ओह जिहियां आवाजां मारदा रह गया। कदे बहुते दिनां बाद फड़ी जांदी ते उहनूं वेली विच पई लोहे दी हल नाल बन्ह के उहनूं बन्ह छड़दा ते डंगरां वाले रसे नाल दब सौड़ चाड़दा। चीकां दीआं आवाजां हर किसे दे कन्नी पैंदियां पर किसे दी हिम्मत ना पैंदी कि फीके नाल मत्था लावे। बीबियां अपने वेहड़ियां विच बैठियां ही हौके भरदियां, हाए नी विचारी नूं मार ही छड्डन लगा है, नी अग लाओ नी इहो जिहे प्यो नूं, भला कोई अपनी औलाद नूं वी इंज कुटदा है, हाए हाए नी भैणा एडा जुलम, हाए ओ मेरिया डाढ़िया रब्बा इस भाई नूं हदायत दे। फिर अखीर जदों गोगो दीआं अखां पुठियां पैण लग पैंदियां ते लाशां वास्ते उहदे जुस्से ते कोई थां ना बचदा ते उहदे चाचे डरदे डरदे आउंदे ते उहदा रस्सा खोलदे। फीके दी अज ताईं किसे नाल नहीं सी बणी। भरा भी डरदे सन कि की सिर पीड़ लाईए, पर फिर लोगों के मूँह नूं आई जांदे। गालो गाली हो के गोगो नूं छडांदे ते रात पैंदियां ही गोगो फिर किसे दी कुड़ विच हुंदी। बुखार नाल तपदी, भुखम पाणी जुस्सा टोंदी, पिसुआं नाल रात लंघा छड़दी। फीका जिन्ना कुटदा गया वह उन्ना डाढ़ी हुंदी गई। हुण लुकण दे सारे दा पेच भी समझ गई सी। शिकर दुपहरां ते कक्कर वरदियां सीत दियां रातां हर मौसम विचों लंघदी रही। उहदे हाणी मुंडियां विचों भी किसे विच हिम्मत नहीं सी कि उहदे नाल लड़न दी हामी भर ले। कदी भरा साल बाद आ जांदा ते उहदी थोड़ी धूफ निकलदी, पर भरा भी महीना खंड ही टिकदा ते फिर फीके तों दूर हो जांदा। रातां नूं पिंड दीआं गलियां विच पौंदियां पौंदियां गोगो नूं पता ही ना लगा कि कदों उहदा कद वध गया ते कदों सीने विच गोलियां बन गईआं। माँ हुंदी माँ ते हुंदियां भी मोई सी, धी नूं कौण दसदा कि किहड़े दिनां विच की करीदा है। गोगो सारियां पौड़ियां आप ही चढ़दी गई। इन्हां गलियां विच ही उह कबूतरबाज भी फिरदे सन जिहड़े सारी दिहाड़ी कबूतरां पिछे भजदे ते जे कदी शरत जित जांदे ते चाटी पाउंदे, देसी पींदे ते गलियां विच कुत्ते खस्सी करदे फिरदे। गोगो उहनां कोलों चुप चुपीती लंघ जांदी। पर हौली हौली जदों गोगो दे कपड़िआं दी तादाद कुझ वध गई ते कबूतरबाजां दे मूँह विचों आउण वाली हवाड़ नाल उहदा वास्ता पिया। पहली वारी बच्छी ने उहनूं उस अख नाल वेख्या सी। बच्छी पिंड दा वेला ते उजड मुंडा सी, मापे भी तंग ते पिंड वाले भी, उहदे कोलों ते जनौर भी तरेंदे सन। इह गल गर्मी दी किसे चुप कीती रात दी नहीं बल्कि शिकर दुपहर दा वेला सी। पढ़न वाले बाल घरां नूं उपड़ पए सन, कम्मां तों लोक भी घर आ वड़े सन ते फैक्टरी विच मजदूर भी अपनी अपनी फैक्टरी विच पौने खोल के बैठ गए सन। कच्ची लस्सी पीती जा रही सी, खखड़ियां दवाणे ठंडे होण तरे सन। गोगो प्यो कोलों लुक के ते सावर दे टठे खूह ते कंडियां वाले किकरां हेठ बैठी सी। कोल ही डंगर भी बजे सन। गोगो एक कट्टी नाल कट्टी कोल बैठ के उहदे कन्नां नाल खेड रही सी। कदे उहदे उगदे सिंगां उत्ते हथ फेरदी, कदे उगदे थणां नूं हथ लाउंदी, कट्टी पूछल हिला के रह जांदी। बच्ची खौरे किधरों उस पासे आ निकलिया, हथ विच पर कुतरिया कबूतर फड़िया सासू, उहदे परां नूं हरा रंग लाया सू ते उहदे सिर ते हौली हौली हथ फेरी जांदा सी। गोगो अपने ध्याने कट्टी नाल खेड रही सी कि बच्ची उहदे पिछे आण खलोता, उहनूं वेंहदा रहा। फिर उस आल दुआले झात पाई, लोकी अपने अपने घरां विच लुके सन, सारा पिंड खाली जापदा सी। गोगो, बच्ची ने उहदे मोंडे ते हाथ रखदिआं आखिआ। गोगो त्रिभक गई, मुड़ के वेख्या ते बच्ची अपने मैले दंद कढ़ी खलोता सी। हा वे भा बच्ची तरा ही कढ छड्डिआ ई, की आ? गोगो ने गुस्से नाल आखिआ। इत्थे बैठ रही है, तेरा अब्बा तेनूं लभ रिहा है, बच्ची ने इंज आखिआ जिवें उहदा ओला पछाण गिआ होवे। हालांकि गोगो का प्यो डंगर लै के जंगले गया सी ते इस वेले सिर ते परना बन के ते डांग हाथे च फड़ी किते बैठा हुक्का फूकदा होना है पिया। गोगो थोड़ी जिनी कच्ची पै गई। किथे ही अब्बा मेरा भा बच्छी? गोगो ने मिठा जिहा बन के पुछया। मसीत अगों लंघ रहा सी, मैनू पुछया सू। गोगो नूं पता भी सी कि उहदा प्यो जंगले गया है, फिर भी डर जी गई किते आ ही ना गया होवे। उहनूं दसी ना सू, गोगो तरला कीता। छड दे कट्टी दी जान, इधर आ मेरे कोल, ऐ वेख कबूतर गोगो। कबूतर उहदे हथों लै लिया गोगो ने ते दोवें किकर हेठ बैठ गए। गोगो कबूतर नाल खेडन लग पई
ਤੇ ਬੱਚੀ ਨੇ ਉਹਦੀ ਧੌਣ ਦੁਆਲੇ ਬਾਂਹ ਪਾ ਲਈ ਤੇ ਗਲਮੇ ਵਿੱਚ ਆਤ ਪਾਈ। ਗੋਗੋ ਥੋੜ੍ਹੀ ਜਿਹੀ ਘਬਰਾਈ ਤੇ ਪਰਾਂ ਹੱਟਣ ਲੱਗੀ। ਬੱਚੀ ਨੇ ਉਹਨੂੰ ਆਪਣੇ ਵੱਲ ਧਰੂ ਲਿਆ। ਕਿਉਂ ਤਰੇਨੀ ਹੈ, ਕੁਝ ਨਹੀਂ ਹੁੰਦਾ ਗੋਗੋ, ਤੂੰ ਖੇਡੀ ਜਾ, ਬੱਚੀ ਨੇ ਆਖਿਆ। ਗੋਗੋ ਚੁੱਪ ਜਿਹੀ ਹੋ ਗਈ, ਪਰ ਉਹਦਾ ਦਿਲ ਖੌਰੇ ਕਿਉਂ ਫੜਕੀ ਜਾਂਦਾ ਸੀ, ਕਲੇਜੇ ਵਿੱਚ ਰੜਕ ਜਿਹੀ ਪੈਂਦੀ ਸੀ। ਥੋੜ੍ਹੀ ਕੁ ਦੇਰ ਬਾਅਦ ਬੱਚੀ ਨੇ ਉਹਦੇ ਪੱਠ 'ਤੇ ਹੱਥ ਰੱਖ ਛੱਡਿਆ। ਗੋਗੋ ਦੇ ਜੁੱਸੇ ਵਿੱਚ ਕੀੜੀਆਂ ਜਿਹੀਆਂ ਭੱਜਣ ਲੱਗ ਪਈਆਂ ਅਤੇ ਮੱਥੇ 'ਤੇ ਤ੍ਰਿੜਲੀ ਆ ਗਈ ਅਤੇ ਸਾਹ ਹਨੇਰੀ ਵਾਂਗ ਚੱਲਣ ਲੱਗ ਪਏ। ਉਹਨੂੰ ਨਹੀਂ ਸੀ ਪਤਾ ਇਹ ਕਿੰਝ ਹੋਇਆ, ਅੱਜ ਤੋਂ ਪਹਿਲਾਂ ਕਦੀ ਇੰਝ ਹੋਇਆ ਜੂ ਨਹੀਂ ਸੀ। ਗੋਗੋ ਦੇ ਇੰਨਾ ਨੇੜੇ ਕਦੀ ਕੋਈ ਨਹੀਂ ਸੀ ਆਇਆ। ਉਹਦੀ ਮਾਂ ਆਈ ਹੋਵੇਗੀ, ਪਰ ਉਸ ਵੇਲੇ ਗੋਗੋ ਹੋਸ਼ ਨਹੀਂ ਸੀ ਸਾਂਭਿਆ। ਬੱਚੀ ਦਾ ਹੱਥ ਵੱਧਦਾ ਵੱਧਦਾ ਵਾਹਵਾ ਵੱਧ ਗਿਆ। ਗੋਗੋ ਹੁਣ ਆਪਣੇ ਵੱਸ ਵਿੱਚ ਨਹੀਂ ਸੀ। ਕੁਝ ਪਲਾਂ ਬਾਅਦ ਜਦ ਕਬੂਤਰ ਗੋਗੋ ਦੇ ਹੱਥ ਵਿੱਚ ਨਹੀਂ ਸੀ ਅਤੇ ਕੱਟੀ ਦੇ ਸਿੰਘ ਉੱਤੇ ਜਾ ਬੈਠਾ ਸੀ, ਗੋਗੋ ਨੇ ਪੀੜ ਦੇ ਨਾਲ ਚੀਕ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਬੱਚੀ ਨੇ ਉਹਦੇ ਮੂੰਹ 'ਤੇ ਹੱਥ ਰੱਖ ਦਿੱਤਾ। ਲਹੂ ਦੀ ਇੱਕ ਲਕੀਰ ਫੁੱਟੀ। ਕੱਟੀ ਕੰਨ ਹਿਲਾ ਹਿਲਾ ਕੇ ਪਿੰਡ ਵੱਲ ਵੇਖਣ ਲੱਗ ਪਈ ਅਤੇ ਕਿੱਕਰ 'ਤੇ ਬੈਠੀਆਂ ਚਿੜੀਆਂ ਖੌਰੇ ਕਾਹਨੂੰ ਉੱਡ ਗਈਆਂ। ਬੱਚੀ ਕਬੂਤਰ ਲੈ ਕੇ ਇੰਝ ਉੱਠ ਖਲੋਤਾ ਜਿਵੇਂ ਕੋਈ ਵਾਢੀ ਪੂਰੀ ਕਰਕੇ ਉੱਠਦਾ ਹੈ। ਕਿਸੇ ਨੂੰ ਦੱਸੀ ਨਾ, ਬੱਚੀ ਨੇ ਹੌਲੀ ਜਿਹੀ ਆਖਿਆ ਅਤੇ ਪਿੰਡ ਵੱਲ ਟੁਰ ਗਿਆ। ਗੋਗੋ ਉੱਥੇ ਹੀ ਪੀੜ ਨਾਲ ਦੁਖਦੀ ਰਹੀ। ਦੁਖਣਾ ਤਾਂ ਉਹਦੀ ਹਯਾਤੀ ਦਾ ਹਿੱਸਾ ਸੀ। ਗੋਗੋ ਨੇ ਤਾਂ ਕਿਸੇ ਨੂੰ ਨਾ ਦੱਸਿਆ, ਪਰ ਬੱਚੀ ਨੇ ਸਾਰੇ ਕਬੂਤਰਬਾਜ਼ਾਂ ਦੇ ਕੰਨੀ ਇਹ ਗੱਲ ਪਾ ਛੱਡੀ। ਬੱਚੀ ਪਰ ਕੁਤਰਨ ਦਾ ਖਿਡਾਰੀ ਸੀ। ਗੋਗੋ ਦੇ ਵੀ ਕੁੱਤਰ ਛੱਡੇ ਸੋ, ਨਹੀਂ ਸੀ ਉੱਡ ਸਕਦੀ। ਜਿਹੜਾ ਜਿੰਨਾ ਉਡਾਉਂਦਾ ਉੱਡਦੀ ਅਤੇ ਫਿਰ ਖੁੱਡੇ ਵਿੱਚ। ਮਾਸਟਰ ਮਾਨ ਉੱਲਾ ਵਾਹ ਵਾਹ ਨਮਾਜ਼ੀ ਪ੍ਰੇਜ਼ੀ ਸੀ, ਦਾੜ੍ਹੀ ਰੱਖੀ ਸੋ, ਇਮਾਮ ਮਸੀਤ ਵੀ ਸੀ ਅਤੇ ਇਮਾਮ ਦੀ ਤਨਖਾਹ ਘਰ ਘਰ ਜਾ ਕੇ ਇਕੱਠੀ ਵੀ ਕਰਦਾ ਸੀ। ਬੱਚੀ ਇੱਕ ਦਿਨ ਮਾਸਟਰ ਸਾਹਿਬ ਦੀ ਹਨੇਰੀ ਗਲੀ ਵਿੱਚੋਂ ਲੰਘਿਆ ਅਤੇ ਵੇਖਿਆ ਸੋ ਕਿ ਮਾਸਟਰ ਮਾਨ ਉੱਲਾ ਗੋਗੋ ਦੇ ਉੱਕਾ ਲਾਗੇ ਖਲੋਤਾ ਹੈ। ਬੱਚੀ ਉਹਨਾਂ ਦੇ ਸਿਰ 'ਤੇ ਆਣ ਖਲੋਤਾ। ਜਦ ਮਾਸਟਰ ਜੀ ਦੀ ਨਜ਼ਰ ਉੱਤੇ ਪਈ ਅਤੇ ਇੱਕ ਪੈਰ ਥੋੜ੍ਹਾ ਜਿੰਨਾ ਪਿਛਾਂ ਪੁੱਟ ਕੇ ਆਖਣ ਲੱਗੇ, ਕਿੱਧਰ ਨੂੰ ਗਈ ਹੈ ਮੱਝ ਤੇਰੀ ਗੋਗੋ? ਸਰ ਜੀ ਪਤਾ ਨਹੀਂ, ਰੱਸਾ ਤੜਾ ਲਿਆ ਸੂ। ਗੋਗੋ ਵੀ ਪੱਕੀ ਪੀੜੀ ਹੋ ਗਈ ਸੀ। ਇਹੋ ਜਿਹੀਆਂ ਗੱਲਾਂ ਬੱਚੀ ਤੋਂ ਇਲਾਵਾ ਕੌਣ ਜਾਣ ਸਕਦਾ ਸੀ? ਖੈਰ ਹੌਲੀ ਹੌਲੀ ਗੋਗੋ ਨੇ ਜੇ ਪਰ ਕੱਢੇ ਕਿ ਕੋਈ ਨਾ ਕੁਤਰ ਸਕਿਆ। ਆਪ ਮੁਹਾਰੇ ਉੱਡਣ ਵਾਲੀ ਕਬੂਤਰੀ ਨੂੰ ਬੱਚੀ ਵੀ ਨਾ ਫੜ ਸਕਿਆ। ਗੋਗੋ ਦਾ ਅੱਬਾ ਹੁਣ ਵਗਾਤਾ ਨਹੀਂ ਸੀ ਮਾਰਦਾ। ਗੋਗੋ ਵੱਡੀ ਹੋ ਗਈ ਸੀ, ਪਰ ਹੁਣ ਗੋਗੋ ਦਾ ਜੀ ਕਰਦਾ ਸੀ ਕਿ ਅੱਬੇ ਨੂੰ ਹੱਲ ਨਾਲ ਬੰਨ੍ਹ ਕੇ ਅਤੇ ਤੂੜੀ ਵਾਲੀ ਤਰੰਗਲੀ ਨਾਲ ਵਾਹ ਵਾਹ ਕੁੱਟੇ। ਹੁਣ ਪੈਰੀਂ ਜੁੱਤੀ ਵੀ ਪਾਉਂਦੀ ਸੀ ਅਤੇ ਬੰਦੇ ਵੇਖ ਕੇ ਸੀਨੇ 'ਤੇ ਲੀੜਾ ਵੀ ਸਿੱਧਾ ਕਰਦੀ ਸੀ। ਪਿੰਡ ਵਿੱਚ ਰਹਿ ਕੇ ਲੱਸੀ ਨੂੰ ਤਰਸਣ ਵਾਲੀ ਗੋਗੋ ਹੁਣ ਕੰਨਾਂ ਵਿੱਚ ਟੂਟੀਆਂ ਲਾ ਕੇ ਖੌਰੇ ਕਿਤੇ ਕਿਤੇ ਨਾਲ ਮੋਬਾਈਲ 'ਤੇ ਗੱਲਾਂ ਕਰਦੀ, ਗਲੀਆਂ ਵਿੱਚੋਂ ਲੰਘਦੀ ਜਾਂਦੀ। ਕੱਲ੍ਹ ਤੱਕ ਜਿਹੜੀਆਂ ਬੀਬੀਆਂ ਆਪਣੇ ਵਿਹੜਿਆਂ ਵਿੱਚ ਬੈਠ ਕੇ ਹਾਏ ਹਾਏ ਵਿਚਾਰੀ ਮਾਰੀ ਚੱਲੀ ਏ ਆਉਂਦੀਆਂ ਸਨ, ਹੁਣ ਛਾਲਾ ਮਾਰੀ ਜਾਏ ਇਹੋ ਜਿਹੀ ਹਰਾਮ ਦੀ ਆਖਣ ਲੱਗ ਪਈਆਂ। ਸਾਰੇ ਹਰਾਮੀ ਅਤੇ ਸ਼ਰੀਫ ਦਿਸਣ ਵਾਲੇ ਹਰਾਮੀ ਇਸ ਕਬੂਤਰੀ ਅੱਗੇ ਦਾਣਾ ਪਾਉਣ ਲੱਗ ਪਏ। ਪਹਿਲਾਂ ਪਹਿਲਾਂ ਤਾਂ ਇਹ ਝੁਕਦੀ ਰਹੀ, ਪਰ ਹੁਣ ਉਹਨੂੰ ਆਪਣੀ ਕੀਮਤ ਦਿਸਣ ਲੱਗ ਪਈ ਸੀ। ਕਾਬਲੀ ਕਿੱਕਰ ਦੇ ਕੰਢੇ ਵਰਗੀ ਗੋਗੋ 'ਤੇ ਹੁਣ ਮਾਸ ਆਉਣ ਲੱਗ ਪਿਆ ਸੀ। ਗੋਗੋ ਦੀਆਂ ਸਾਰੀਆਂ ਪੁੱਫੀਆਂ ਵਿਆਹੀਆਂ ਸਨ, ਪਰ ਇੱਕ ਕੁਵਾਰੀ ਸੀ, ਅੱਧੀ ਸ਼ਦੈਣ ਸੀ। ਥਾਂ ਥਾਂ ਤੋਂ ਵਾਲ ਕੱਟ ਛੱਡਦੀ ਅਤੇ ਮੁੱਠਾਂ ਭਰ ਭਰ ਖੁੰਦੀ ਅਤੇ ਸਿਗਰਟ ਫੂਕੀ ਜਾਂਦੀ। ਗਲੀਆਂ ਵਿੱਚੋਂ ਲੰਘਦੀ ਅਤੇ ਜਿੰਨੇ ਪੈਰ ਪੁੱਟਦੀ ਉਨੇ ਸੂਟੇ ਖਿੱਚਦੀ। ਪਿੰਡ ਦੇ ਮੁੰਡੇ ਉਹਨੂੰ ਇੰਜਣ ਆਖਦੇ ਸਨ, ਜੇ ਉਹਦਾ ਧੂੰਆਂ ਉਂਝ ਹੀ ਉਹਦੇ ਪਿੱਛੇ ਪਿੱਛੇ ਉੱਡਦਾ ਸੀ। ਕੰਮ ਡੰਗਰਾਂ ਦੇ ਉਹ ਵੀ ਕਰ ਲੈਂਦੀ ਸੀ। ਪਹਿਲਾਂ ਗੋਗੋ ਗਵਾਂਢੀਆਂ ਦੇ ਆਂਡੇ ਚੁੱਕਣਾ ਸਿੱਖੀ, ਫਿਰ ਬੱਕਰੀਆਂ ਦਾ ਦੁੱਧ ਚੋਣਾ, ਫਿਰ ਟਕਲੇ ਪਾਥੀਆਂ ਵੇਚਣਾ, ਫਿਰ ਹੌਲੀ ਹੌਲੀ ਲੋਕਾਂ ਦੇ ਸੰਦੂਕ ਅਤੇ ਪੇਟੀਆਂ ਫਰੋਲਣ ਲੱਗ ਪਈ। ਹੁਣ ਲੁੱਕ ਕੇ ਢਾਰੇ ਵਿੱਚ ਵੜਨ ਦੀ ਬਜਾਏ ਪੁੱਫੀਆਂ ਵੱਲ ਜਾਂਦੀ ਸੀ, ਵਾਹ ਵਾਹ ਦਿਹਾੜੇ ਉੱਥੇ ਰਹਿ ਕੇ ਨਵੇਂ ਸੂਟ ਲਿਆਉਂਦੀ ਸੀ। ਬੱਸ ਦੇ ਕੰਡਕਟਰ ਤੋਂ ਲੈ ਕੇ ਅਤੇ ਰੇਹੜੀ ਵਾਲੇ ਤੱਕ ਸਭ ਨੂੰ ਪਰਚਾ ਲੈਂਦੀ ਸੀ। ਮਾਂ ਦੀ ਰੋਕ ਟੋਕ ਤਾਂ ਹੈ ਨਹੀਂ ਸੀ, ਪਿਓ ਨੂੰ ਸਿਰਫ ਡੰਗਰਾਂ ਦਾ ਕੰਮ ਚਾਹੀਦਾ ਸੀ। ਗੋਗੋ ਨੂੰ ਬਸ ਆਪਣੇ ਤੋਂ ਇਲਾਵਾ ਹੁਣ ਕੋਈ ਨਹੀਂ ਸੀ ਦਿਸਦਾ। ਜਿੱਥੇ ਪੈਸਾ ਧੇਲਾ ਮਿਲਦਾ ਉੱਥੇ ਸਭ ਕੁਝ ਕਰਨ ਨੂੰ ਰਾਜ਼ੀ ਹੋ ਜਾਂਦੀ, ਅਤੇ ਜਿੱਥੇ ਮੁਫਤਖੋਰਾ ਲੱਭਦਾ ਉਹਨੂੰ ਛਿੱਲ ਕੇ ਰੱਖ ਛੱਡਦੀ। ਜਾ ਕੇ ਠੰਡੇ ਪਾਣੀ ਵਿੱਚ ਬੈਠੀ ਰਹਿੰਦੀ, ਪਿਓ ਨੂੰ ਖਿਆਲਾਂ ਵਿੱਚ ਹੀ ਸੌੜ ਚਾੜਦੀ ਰਹਿੰਦੀ।
लोगों के डंगरों किले तो खोल के उन्होंने गल में रस्सा वाल छड़ी, खोते खोतियां फड़ के उन्हां दियां लत्तां जकूड़ छड़दी, बजे डंगरां नूं डांगा मारदी, रातां नूं गलियां विच लंघदियां बल्ब भन्नदी ते बूहे खड़का के लगी जांदी। उहदा जी करदा कि हर किसे नूं पीड़ होवे, किसे दा चंगा नहीं सी सोचदी। गोगो एक दिन मंजी ते पई, उठी ते भज के खुरे विच जा वड़ी। शदैन पुफी शाजी ने उहनूं उल्टी करदियां वेख लिया ते नाल ही रौला पा छड्डिया। गोगो दी दादी नूं पता लग्गिया ते विचारी थां ते मर के मिट्टी हो गई। उहदा दादा शफी मंजी ते पिया रहिंदा सी, पहलां उह कुल्फियां वेचदा सी पर बाद च उहदे कोल वाहवा जमीन हो गई, पर हले भी पिंड वाले उहनूं शफी कुल्फी आंदे सन ते उहदी मोटर नूं शफी कुल्फी दी मोटर। दादी ने शाजी दा बूथा बंद कराया ते पिंड दी दाई नूं लभ लिआंदा, पर दाई आखण लगी कम वसों बाहर है। बोरी दाणिया दी दे के दाई दा मूँह भी बंद कराया गया, पर अगले कुछ दिहाड़िया विच हर बीबी फिर अपने विहड़े बैठी। ये कुछ तां होना सी, कंजरी ना होए ते आख रही सी कि फीका कुहाड़ी लै के दो टोटे कर छड्डन लगा सी गोगो दे। बच बचा करा के दिनां विच गोगो दा रिश्ता लभ लिया गया। शहर विच लारी अड्डे कोल महला हंटरपुरे दा रहण वाला मुंडा मकैनिक सी ते मोटरसाइकलां ठीक करदा सी। ਇਹ ਪਿੰਡ ਵਾਲਿਆਂ ਲਈ ਆਖਿਆ ਗਿਆ ਸੀ, ਉਂਝ ਮੁੰਡਾ ਨਸ਼ਈ ਸੀ। ਗੋਗੋ ਸਹੁਰੇ ਟੁਰ ਗਈ ਅਤੇ ਪਿੰਡ ਵਾਲੇ ਥੂ ਥੂ ਕਰਦੇ ਰਹੇ, ਪਰ ਲੋਕ ਵੀ ਮੂੰਹ 'ਤੇ ਕੁਝ ਅਤੇ ਬਾਅਦੋਂ ਕੁਝ ਹੁੰਦੇ ਨੇ। 7 ਮਹੀਨਿਆਂ ਤੋਂ ਕੁਝ ਦਿਨ ਘੱਟ ਸਨ ਅਤੇ ਗੋਗੋ ਆਪਣਾ ਮੁੰਡਾ ਕੁਛੜੀ ਚੁੱਕੀ ਆ ਰਹੀ ਸੀ, ਨਸ਼ਈ ਬੰਦਾ ਵੀ ਨਾਲ ਸੂ। ਜਿਹੜੀ ਬੀਬੀ ਲੱਭਦੀ ਮੁੰਡਾ ਵੇਖ ਕੇ ਮੁਬਾਰਕ ਦਿੰਦੀ ਅਤੇ ਪੁੱਛਦੀ, ਸਤਮਾਇਆ ਹੀ ਗੋਗੋ? ਗੋਗੋ ਸਾਰੇ ਦੰਦ ਕੱਢ ਕੇ ਵਿਖਾ ਛੱਡਦੀ। ਵਰਾ ਪੂਰਾ ਵੀ ਨਾ ਹੋਇਆ ਤਾਂ ਗੋਗੋ ਲੜ ਕੇ ਪੇਕੇ ਆ ਬੈਠੀ, ਬੰਦਾ ਵੀ ਨਾ ਲੈਣ ਆਇਆ। ਥੋੜ੍ਹਾ ਹੀ ਚਿਰ ਪਿੰਡ ਵਿੱਚ ਰਹੀ ਅਤੇ ਮੁੰਡਾ ਛੱਡ ਕੇ ਟੁਰ ਗਈ, ਵਾਪਸ ਨਾ ਆਈ। ਬੁੱਢੀ ਦਾਦੀ ਅਤੇ ਸ਼ਦੈਣ ਫੁੱਫੀ ਰਲ ਕੇ ਮੁੰਡੇ ਨੂੰ ਸਾਂਭਣ ਲੱਗ ਪਈਆਂ। ਜਿਹੜੇ ਹੰਟਰਪੁਰੇ ਉਹਦਾ ਵਿਆਹ ਹੋਇਆ ਸੀ ਉੱਥੇ ਹੀ ਬੱਸਾਂ ਟਰੱਕਾਂ ਦੇ ਡਰਾਈਵਰ ਅਤੇ ਪਠਾਨ ਵੀ ਰਹਿੰਦੇ ਸਨ। ਉੱਥੇ ਹੀ ਗੋਗੋ ਨੂੰ ਚਰਸ ਅਤੇ ਦਾਰੂ ਵੇਚਣ ਵਾਲੇ ਲੱਭ ਗਏ। ਉਹ 8-10 ਬੰਦੇ ਸਨ ਜਿਨ੍ਹਾਂ ਵਿੱਚ ਇਕੱਲੀ ਬੀਬੀ ਸੀ। ਰਾਤ ਨੂੰ ਉਹਨਾਂ ਨਾਲ ਨਿਕਲ ਜਾਂਦੀ ਅਤੇ ਸੜਕੇ ਖਲੋ ਕੇ ਕਿਸੇ ਗੱਡੀ ਵਾਲੇ ਨੂੰ ਹੱਥ ਦੇ ਇਸ਼ਾਰੇ ਨਾਲ ਰੋਕਦੀ ਅਤੇ ਉਹਨੂੰ ਲੈ ਕੇ ਉੱਥੇ ਆ ਜਾਂਦੀ ਜਿੱਥੇ ਉਹਦੇ ਸੰਗੀ ਪਹਿਲਾਂ ਹੀ ਛਾਈ ਲਾ ਕੇ ਬੈਠੇ ਹੁੰਦੇ। ਜਿਹੜਾ ਵੀ ਲੁੱਟਿਆ ਜਾਂਦਾ ਉਹਨੂੰ ਵੇਖ ਕੇ ਗੋਗੋ ਦੀਆਂ ਗੋਲ ਅੱਖੀਆਂ ਵਿੱਚ ਅਜੀਬ ਜਿਹਾ ਸਕੂਨ ਆ ਜਾਂਦਾ। ਥਾਣੇ ਇੰਝ ਆਉਂਦੀ ਜਾਂਦੀ ਜਿਵੇਂ ਕੁੜੀਆਂ ਮਾਂ ਦੇ ਘਰ ਆਉਂਦੀਆਂ ਨੇ। ਪੁਲਿਸ ਵਾਲੇ ਮੁੱਛਾਂ ਮਰੋੜਦੇ ਅਤੇ ਹੱਸਦੇ, ਪਰ ਗੋਗੋ ਨੂੰ ਪਤਾ ਸੀ ਕਿਹਨੂੰ ਕਿੱਥੇ ਤੀਕ ਰੱਖਣਾ ਹੈ। ਫਿਰ ਜਦੋਂ ਉਹਦੇ ਜੁਰਮ ਸਾਬਤ ਹੋਣ ਲੱਗ ਪਏ ਅਤੇ ਇਹ ਸਾਰਾ ਟੋਲਾ ਇਸ਼ਤਿਹਾਰੀ ਹੋ ਗਿਆ, ਇਹਨਾਂ ਦਾ ਕੋਈ ਠਿਕਾਣਾ ਨਾ ਰਿਹਾ, ਸਾਰੇ ਸ਼ਹਿਰਾਂ ਵਿੱਚ ਭੱਜੇ ਫਿਰਦੇ, ਲੁੱਟਦੇ ਅਤੇ ਟੁਰੇ ਜਾਂਦੇ। ਹਾਏ ਭੈਣਾ, ਇਹ ਸੁਣਿਆ ਹੈ ਗੋਗੋ ਕਿਸੇ ਗੈਂਕ ਵਿੱਚ ਇਸ਼ਤਿਹਾਰਨ ਹੋ ਗਈ ਹੈ। ਬੀਬੀਆਂ ਫਿਰ ਹੇਠਲੀ ਬੁੱਲੀ 'ਤੇ ਉਂਗਲ ਰੱਖ ਕੇ ਜੀਭਾਂ ਹਿਲਾਉਂਦੀਆਂ ਰਹੀਆਂ। ਇੱਕ ਦਿਨ ਪੁਲਿਸ ਨੇ ਗੋਗੋ ਦਾ ਬੂਹਾ ਖੜਕਾਇਆ, ਵਡੇਰੀ ਦਾਦੀ ਨਿਕਲੀ, ਇੱਥੇ ਕੋਈ ਗੋਗੋ ਰਹਿੰਦੀ ਹੈ? ਬੈਲਟ ਉੱਤੇ ਲਮਕਦੇ ਢਿੱਡ ਵਾਲੇ ਸਬ ਇੰਸਪੈਕਟਰ ਨੇ ਪੁੱਛਿਆ, ਕੀ ਹੋਇਆ ਹੈ ਪੁੱਤਰ? ਗੋਗੋ ਦੀ ਦਾਦੀ ਦੀਆਂ ਲੱਤਾਂ ਵਿੱਚੋਂ ਜਾਨ ਹੀ ਨਿਕਲ ਗਈ। ਮਾਈ ਕੀ ਲੱਗਦੀ ਹੈ ਗੋਗੋ ਤੇਰੀ? ਹੁਣ ਤਾਂ ਖੌਰੇ ਗੋਗੋ ਉਹਨਾਂ ਦੀ ਕੁਝ ਨਹੀਂ ਸੀ ਲੱਗਦੀ, ਪਰ ਮਾਈ ਨਿਰਾ ਪੋਤਰੀ ਕਹਿ ਕੇ ਚੁੱਪ ਹੋ ਗਈ। ਇੱਕ ਮੁੰਡਾ ਚੁੱਕਿਆ ਗਿਆ ਹੈ ਅਤੇ ਇਸ ਕੁੜੀ ਨੇ ਪਠਾਣਾ ਹੱਥੀਂ ਵੇਚਿਆ ਹੈ। ਪਤਾ ਆਪਣੀ ਫੁੱਫੀ ਦਾ ਦਿੱਤਾ ਸੂ ਜਿਹੜੀ ਬੰਨ ਬਾਜਵੇ ਰਹਿੰਦੀ ਹੈ। ਪਠਾਣ ਉੱਥੇ ਪੈਸੇ ਦੇਣ ਆਏ ਸਨ, ਮਾਈ ਜੀ ਉਹ ਅੰਦਰ ਹੀ ਅਤੇ ਬਾਹਰ ਕੱਢ ਸੂ, ਸਬ ਇੰਸਪੈਕਟਰ ਨੇ ਅੱਖਾਂ ਪਾੜ ਕੇ ਆਖਿਆ। ਵਡੇਰੀ ਮਾਈ ਬੂਹੇ ਵਿੱਚ ਹੀ ਟਹਿ ਗਈ। ਪੁਲਿਸ ਵਾਲੇ ਘਰ ਦਾ ਸਮਾਨ ਖਿਲਾਰ ਕੇ ਅਤੇ ਫੀਕੇ ਨੂੰ ਫੜ ਕੇ ਲੈ ਗਏ। ਫਿਰ ਕੁਝ ਵਰ੍ਹਿਆਂ ਬਾਅਦ ਬੱਚੀ ਸਾਵਰ ਦੇ ਟੱਠੇ ਖੂਹ ਕੋਲੋਂ ਲੰਘਿਆ ਅਤੇ ਵੇਖਿਆ ਸੂ ਕਿ ਪਰਾਲੀ ਦੇ ਪੱਸੇ ਨਾਲ ਕੋਈ ਸ਼ੈ ਪਈ ਹੈ। ਉਹਨੇ ਆਪਣੀ ਨਿੱਕੀ ਕੁੜੀ ਨੂੰ ਮੋਢਿਆਂ 'ਤੇ ਚੁੱਕਿਆ ਸੀ। ਦੂਰੋਂ ਪਤਾ ਨਹੀਂ ਸੀ ਲੱਗਦਾ ਕਿ ਕਿਹੜੀ ਸ਼ੈ ਹੈ। ਨੇੜੇ ਹੋਇਆ ਅਤੇ ਉਹਨੂੰ ਇੱਕ ਨਿੱਕਾ ਜਿਹਾ ਮੁੰਡਾ ਲੁੱਕਾ ਲੱਭਾ। ਬੱਚੀ ਉਹਦੇ ਪਿੱਛੇ ਖਲੋਤਾ ਰਿਹਾ, ਫਿਰ ਉਹਦੇ ਮੋਢੇ 'ਤੇ ਹੌਲੀ ਜਿਹੀ ਹੱਥ ਰੱਖਿਆ। ਉਸ ਪਰਤ ਕੇ ਵੇਖਿਆ ਅਤੇ ਬੱਚੀ ਨੂੰ ਉਹਦਾ ਮੁਆਂਦਰਾ ਵੇਖਿਆ ਵੇਖਿਆ ਲੱਗਿਆ। ਭਾ ਬੱਚੀ, ਤਰਾਹੀ ਕੱਢ ਛੱਡਿਆ ਈ, ਮੇਰੇ ਨਾਨੇ ਨੂੰ ਨਾ ਦੱਸੀ ਮੈਂ ਇੱਥੇ ਲੁਕਿਆ ਵਾਂ। ਬਾਲ ਦੀਆਂ ਅੱਖਾਂ ਵਿੱਚ ਤਰਲਾ ਸੀ। ਬੱਚੀ ਉੱਠ ਖਲੋਤਾ ਅਤੇ ਧੀ ਨੂੰ ਚੁੱਕੀ ਪਿੰਡ ਵੱਲ ਤੁਰ ਪਿਆ।